ਜਿਹੜਾ ਮੈਨੂੰ ਇੱਕ ਵਾਰ ਯਾਦ ਆਉਂਦਾ, ਮੈਂ ਹਮੇਸ਼ਾ ਮੇਰਾ ਆਪਣਾ ਫੇਵਰੇਟ ਲਾਈਨ ਆ ਜਿਹੜੀ ਹੈ ਖਲੀਲ ਜਬਰਾਨ ਦੀ ਹੈ, ਕਹਿੰਦਾ ਕਿ ਅਵਰ ਗ੍ਰੇਟੈਸਟ ਸਿੰਗਰਸ ਆਰ ਦੋਜ਼ ਹੂ ਸਿੰਗ ਅਵਰ ਸਾਇਲੈਂਸਿਸ, ਕਿ ਸਾਡੇ ਸਭ ਤੋਂ ਵੱਡੇ ਗਾਇਕ ਉਹ ਹੈ ਜਿਹੜੇ ਸਾਡੀਆਂ ਖਾਮੋਸ਼ੀਆਂ ਨੂੰ ਗਾਉਂਦੇ ਆ, ਕਿ ਬਹੁਤੇ ਲੋਕ ਸਾਡੇ ਰੌਲੇ ਨੂੰ, ਸਾਡੇ ਬਹੁਤੇ ਸਿੰਗਰ ਰੌਲੇ ਨੂੰ ਹੀ ਗਾ ਰਹੇ ਆ, ਨੋਇਜ਼ ਨੂੰ ਗਾਈ ਜਾਣਾ, ਤੋ ਉਹ ਸਾਇਲੈਂਸ ਕੀ ਹੈ ਕਿ ਮੈਂ ਸਮਝਦਾ ਕਿ ਜਿੱਦਾਂ ਅਸੀਂ ਸਾਰਾ ਦਿਨ ਸਾਡੇ ਕੋਲ ਹਾਲ ਪੁੱਛਦਾ ਕੀ ਹਾਲ ਰਹਿ ਕਹਿੰਦੇ ਠੀਕ ਆ, ਅਤੇ ਨਾ ਉਹਦੀ ਕੋਈ ਇੱਛਾ ਹੁੰਦੀ ਵੀ ਸਾਡਾ ਅਸੀਂ ਹਾਲ ਦੱਸੀਏ, ਨਾ ਸਾਡੀ ਹੁੰਦੀ ਕਿ ਹਾਲ ਆਪਾਂ ਦੱਸੀਏ। ਸੋ ਇੱਕ ਤਰ੍ਹਾਂ ਕਲਾ 'ਚ ਬੇਸਿਕ ਤਾਂ ਇਹੀ ਆ ਕਿ ਅਸੀਂ ਆਪਣਾ ਜਿਹੜਾ ਸਾਡੇ ਅੰਦਰ ਬਹੁਤ ਸਾਇਲੈਂਸਿਸ ਹੋ ਜਾਂਦੀਆਂ, ਜਿਹੜਾ ਅਸੀਂ ਜਿਹਨਾਂ ਨੂੰ ਸ਼ਬਦਾਂ 'ਚ ਨਹੀਂ ਲੈ ਕੇ ਆਉਂਦੇ, ਜਾਂ ਕਿਸੇ ਡਰ ਕਰਕੇ ਨਹੀਂ ਲੈ ਕੇ ਆਉਂਦੇ, ਜਾਂ ਅਸੀਂ ਉਹ ਜਾਂ ਉਹ ਲਫ਼ਜ਼ਾਂ 'ਚ ਆਉਂਦੀਆਂ ਨਹੀਂ, ਹੈ ਨਾ, ਕਿ ਉਹ ਡਿਨਾਈ ਕਰ ਦਿੰਦੇ ਹਾਂ ਕਿ ਮੈਂ ਲਫ਼ਜ਼ਾਂ 'ਚ, ਉਹ ਸਾਇਲੈਂਸ ਸਾਡੇ ਅੰਦਰ ਬਣ ਜਾਂਦਾ। ਤੋ ਹਰੇਕ ਆਰਟਿਸਟ ਜਦੋਂ ਇਕੱਲਾ ਬੈਠਦਾ ਤਾਂ ਉਹਨੂੰ ਜਿਹੜੇ ਕੁਛ ਸਾਇਲੈਂਸ ਨੇ ਨਾ ਉਹ ਬੋਲਣਾ ਸ਼ੁਰੂ ਕਰਦੇ ਆ, ਕਿ ਉਹ ਜਿਹੜੀ ਤੁਹਾਡੇ ਅੰਦਰ ਖਾਮੋਸ਼ੀਆਂ ਬੈਠੀਆਂ ਹੋਈਆਂ, ਸੋ ਉਹਨਾਂ ਨੂੰ ਆਰਟਿਸਟ ਇੱਕ ਤਰ੍ਹਾਂ ਬੋਲ ਦਿੰਦਾ। ਸੋ ਅਸੀਂ ਇਹਦੇ ਮੰਨਦੇ ਆਰਟਿਸਟ ਜਿਹੜਾ ਵੋਇਸਲੈਸ ਦੀ ਵੋਇਸ ਹੈ, ਜਾਂ